ਜਿਹੜਾ ਸਮਾਜ ਆ ਏਕਤਾ ਜਿੰਦਾਬਾਦ 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 ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ 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 ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਜਿਵੇਂ ਕਿ ਸਾਰੇ ਪਤਾ ਹੈ ਭਾਰਤ ਬੰਦ ਆ ਕਿਸਾਨ ਕੋਈ 2 ਮਹੀਨੇ ਤੋਂ ਦਿੱਲੀ ਦੇ ਵਿੱਚ ਧਰਨਾ ਦੇ ਰਹੇ ਆ ਔਰ ਕਿਸਾਨਾਂ ਦੀ ਸੈਂਟਰ ਸਰਕਾਰ ਨੇ ਕੋਈ ਵੀ ਮੰਗ ਮੰਨਣ ਨੂੰ ਤਿਆਰ ਨਹੀਂ ਅੱਜ ਸ਼ਹਿਰ ਦੇ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਨੇ ਕਿਸਾਨਾਂ ਦਾ ਸਾਥ ਦਿੱਤਾ ਔਰ ਸ਼ਹਿਰ ਦੇ ਵਿੱਚ ਵਾਲਮੀ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰੈਜ਼ੀਡੈਂਟ ਸ੍ਰੀ ਰੋਸ਼ਨ ਲਾਲ ਜੀ ਸੱਭਰਵਾਲ ਇਹ ਵੀ ਕਿਸਾਨਾਂ ਦੇ ਹੱਕ ਵਿੱਚ ਖੜੇ ਨੇ ਅਤੇ ਆਓ ਸ੍ਰੀ ਰੋਸ਼ਨ ਲਾਲ ਜੀ ਦੇ ਨਾਲ ਗੱਲ ਕਰੀਏ ਕਿ ਕਿਸਾਨਾਂ ਦੇ ਸਮਰਥਨ ਵਿੱਚ ਤੁਸੀਂ ਖੜੇ ਜੇ ਔਰ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਰੁਪਿੰਦਰ ਰੂਬੀ ਜੀ ਮੈਂ ਪੂਰੀ ਔਰ ਅਪੀਲ ਕਰ ਰਿਹਾ ਵਾਲਮੀਕੀ ਸੰਘਰਸ਼ ਮੋਰਚਾ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਤੇ ਕਾਂਗਰਸ ਪਾਰਟੀ ਦਾ ਆਗੂ ਹੋਣ ਦੇ ਨਾਤੇ ਕਿ ਮੋਦੀ ਜੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਵਾ ਕਿਉਂਕਿ ਕਿਸਾਨ ਇੱਕ ਇਹੋ ਜਿਹੇ ਇਨਸਾਨ ਹਨ ਜਿਹੜੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਉਹ ਦੇਸ਼ ਵਿੱਚੋਂ ਸਾਡਾ ਅਨਾਜ ਵਿਦੇਸ਼ਾਂ ਵਿੱਚ ਵੀ ਜਾਂਦਾ ਹੈ ਲੇਕਿਨ ਮੋਦੀ ਜੀ ਨੂੰ ਅੱਜ 3 ਮਹੀਨੇ ਹੋ ਗਏ ਆ ਕਿਸਾਨਾਂ ਦੀ ਕੋਈ ਮੰਗ ਨਹੀਂ ਮੰਨੀ ਅਗਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡੇ ਦੇਸ਼ ਵਿੱਚ ਕ੍ਰਾਂਤੀ ਆ ਸਕਦੀ ਆ ਕਿ ਜਿਹਦੇ ਨਾਲ ਅਸ਼ਾਂਤੀ ਫੈਲੂਗੀ ਮੋਦੀ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਲਵੋ ਦੇਸ਼ ਨੂੰ ਖਰਾਬ ਨਾ ਕਰੋ ਕਾਨੂੰਨ ਉਹ ਹੁੰਦਾ ਵਾ ਜਿਹੜਾ ਲੋਕ ਮੰਨਣ ਜਿਹੜਾ ਲੋਕ ਕਾਨੂੰਨ ਨਾ ਮੰਨਣ ਉਹ ਕਾਨੂੰਨ ਨਹੀਂ ਹੁੰਦਾ ਜੇ ਮੋਦੀ ਜੀ ਹੁਣ ਅੱਜ ਤੱਕ ਕਿਸਾਨਾਂ ਦੀਆਂ ਗੱਲਾਂ ਸੁਣ ਰਹੇ ਨੇ ਪਰ ਮੰਗਾਂ ਕਿਸਾਨਾਂ ਦੀਆਂ ਕੋਈ ਮੰਨੀਆਂ ਨਹੀਂ ਗਈਆਂ ਜੇ ਅੱਗੇ ਵੀ ਮੋਦੀ ਜੀ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਤੁਸੀਂ ਉਹਦੇ ਵਾਸਤੇ ਕਿਸਾਨਾਂ ਦੇ ਹਿੱਤ ਵਿੱਚ ਕਿੰਨਾ ਕੁ ਉੱਭਰ ਕੇ ਆਓਗੇ ਅਸੀਂ ਜੀ ਜਿੰਨਾ ਚਿਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪੂਰਾ ਦੇਸ਼ ਕਿਸਾਨਾਂ ਦੇ ਨਾਲ ਆ ਵਾਲਮੀਕੀ ਸੰਘਰਸ਼ ਮੋਰਚਾ ਉਹਨਾਂ ਦੇ ਨਾਲ ਹੈ ਜਿੱਥੇ ਸਾਡੀਆਂ ਡਿਊਟੀਆਂ ਲਾਉਣਗੇ ਅਸੀਂ ਅੱਜ ਸਵੇਰ ਦੇ ਇੱਥੇ 8 ਵਜੇ ਦੇ ਮੁੰਡੇ ਇਕੱਠੇ ਹੋਏ ਹੋਏ ਹਾਂ ਪੂਰੀ ਸ਼ਹਿਰ ਵਿੱਚ ਸ਼ਾਂਤੀ ਹੈ ਸ਼ਹਿਰ ਬੰਦ ਵਾ ਕਪੂਰਥਲਾ ਲੇਕਿਨ ਜਿੱਥੇ ਸਾਨੂੰ ਜਾਣਾ ਪਿਆ ਕਿਸਾਨਾਂ ਦੀ ਖਾਤਰ ਅਸੀਂ ਜ਼ਰੂਰ ਜਾਵਾਂਗੇ ਮਿਹਰਬਾਨੀ ਡਿਸਟ੍ਰਿਕਟ ਦੇ ਜਨਰਲ ਸੈਕਟਰੀ ਆਪਣੇ ਪਾਲੀ ਜੀ ਇਹ ਵੀ ਕਿਸਾਨਾਂ ਦੇ ਹਿੱਤ ਵਿੱਚ ਕੁਛ ਵਿਚਾਰ ਦੱਸਣਗੇ ਮੈਂ ਬਾਲਵੀ ਸੰਘਰਸ਼ ਮੋਰਚੇ ਤੋਂ ਵਾਈਸ ਚੇਅਰਮੈਨ ਕਾਂਗਰਸ ਪਾਰਟੀ ਦੇ ਆਗੂ ਰੋਸ਼ਨ ਸੱਭਰਵਾਲ ਜੀ ਦੇ ਨਾਲ ਮੈਂ 5 ਸਾਲ ਤੋਂ ਅਟੈਚ ਹਾਂ ਜੋ ਇਹਨਾਂ ਨੇ ਸਾਨੂੰ ਹੁਕਮ ਲਾਤਾ ਸੀ ਇਹਨਾਂ ਦੇ 7 ਵਜੇ ਕਿਸਾਨਾਂ ਦੇ ਹੱਕ ਵਿੱਚ ਇਕੱਠੇ ਹੋਏ ਤੁਸੀਂ ਨੌਜਵਾਨ ਸਾਰੇ ਹੀ ਸਾਰੇ ਨੌਜਵਾਨ ਕੀ ਕਹਿਣਾ ਚਾਹੁੰਦੇ ਕਿਸਾਨਾਂ ਦੇ ਹੱਕ ਵਿੱਚ ਜਿੱਦਾਂ ਦਾ ਪਹਿਲਾਂ ਸਾਡੇ ਪ੍ਰਧਾਨ ਜੀ ਸੱਭਰਵਾਲ ਜੀ ਨੇ ਦੱਸਿਆ ਕਿ ਕਿਸਾਨ ਆ ਤਾਂ ਅਸੀਂ ਆ ਕਿਸਾਨ ਆ ਤਾਂ ਯੂਥ ਆ ਕਿਸਾਨ ਦੇ ਨਾਲ ਹੀ ਸਾਰਾ ਕੁਛ ਹੈ ਜੀ ਜੇ ਕਿਸਾਨਾਂ ਨੇ ਇੱਦਾਂ ਧੱਕਾ ਹੁੰਦਾ ਉਹ ਯੂਥ ਨੂੰ ਬਿਲਕੁਲ ਬਰਦਾਸ਼ਤ ਨਹੀਂ ਜੇ ਸਾਨੂੰ ਹੁਣ ਮਤਲਬ ਕਿ ਜੇ ਮੋਦੀ ਸਰਕਾਰ ਇੱਦਾਂ ਕਿਸਾਨਾਂ ਨਾਲ ਧੱਕਾ ਕਰੂਗੀ ਇਹ ਯੂਥ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਅਸੀਂ ਘਰੋਂ ਘਰੀ ਅੱਜ ਸੜਕਾਂ 'ਤੇ ਆਏ ਹਾਂ ਜੇ ਸਾਨੂੰ ਲੋੜ ਪਈ ਅਸੀਂ ਦਿੱਲੀ ਤੱਕ ਵੀ ਜਾਵਾਂਗੇ ਜਿੱਥੇ ਤੱਕ ਸਾਡੇ ਕੋਲ ਆ ਅਸੀਂ ਜੇ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਤਾਂ ਅਸੀਂ ਕਿਸਾਨਾਂ ਨਾਲ ਬਿਲਕੁਲ ਧੱਕਾ ਨਹੀਂ ਹੋਣ ਦੇਵਾਂਗੇ